ਫਾਰਮ ਹਾਊਸ ਦੇ ਵਿੱਚ ਕੰਮ ਕਰਦੇ ਖੇਤ ਮਜ਼ਦੂਰ ਨੂੰ ਸਾਥੀ ਪ੍ਰਵਾਸੀ ਮਜ਼ਦੂਰ ਦੇ ਥੱਪੜ ਮਾਰਨ ਤੇ ਉਸ ਵੇਲੇ ਭਾਰੀ ਪੈ ਗਿਆ, ਜਦੋਂ ਸ਼ਰਾਬੀ ਹਾਲਤ ਦੇ ਵਿੱਚ ਪ੍ਰਵਾਸੀ ਨੇ ਪੱਥਰ ਦੇ ਨਾਲ ਉਸ ਦੇ ਸਿਰ ਦੇ ਉੱਤੇ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਕੀਤੇ ਗਏ ਖੇਤ ਮਜ਼ਦੂਰ ਦੀ ਲਾਸ਼ ਨੂੰ ਪ੍ਰਵਾਸੀ ਖੇਤਾਂ ਦੇ ਵਿੱਚ ਬਣੀ ਮੋਟਰ ਵਾਲੀ ਹੌਦੀ ਦੇ ਵਿੱਚ ਸੁੱਟ ਕੇ ਉੱਥੋਂ ਫਰਾਰ ਹੋ ਗਿਆ। ਨਵੇਂ ਸਾਲ ਦੇ ਪਹਿਲੇ ਦਿਨ ਵਾਪਰੇ ਖੇਤ ਮਜ਼ਦੂਰ ਜਸਵੀਰ ਸਿੰਘ ਵਾਸੀ ਸਿਕੰਦਰਪੁਰ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲਿਸ ਦੇ ਵੱਲੋਂ ਉਕਤ ਪ੍ਰਵਾਸੀ ਮਜ਼ਦੂਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੇ ਖਿਲਾਫ ਥਾਣਾ ਮਾਛੀਵਾੜਾ ਸਾਹਿਬ ਦੇ ਵਿੱਚ ਮਾਮਲਾ ਦਰਜ ਕਰਕੇ ਅਗਲੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜੀ ਜਿਹੜਾ ਇੱਕ ਜਨਵਰੀ 2019 ਨੂੰ ਜਿਹੜੀ ਡੈੱਡ ਬਾਡੀ ਮਿਲੀ ਸੀਗੀ ਪਿੰਡ ਰੋਜ਼ ਮਾਜਰੀ ਥਾਣਾ ਮਾਛੀਵਾੜੇ ਸਾਹਿਬ ਦੇ ਵਿੱਚ ਉਹਦਾ ਜਿਹੜਾ ਮਰਡਰ ਹੋਇਆ ਸੀ ਉਹ ਬੇਸਿਕਲੀ ਮਾਛੀਵਾੜਾ ਪੁਲਿਸ ਨੇ ਆ ਟਰੇਸ ਕੀਤਾ। ਉਸ ਸੰਬੰਧੀ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ। ਜਿਹੜਾ ਮ੍ਰਿਤਕ ਦਾ ਨਾਮ ਸੀਗਾ ਜਸਵੀਰ ਸਿੰਘ, ਪੁੱਤਰ ਪਰਮਜੀਤ ਸਿੰਘ, ਉਹ ਸਿਕੰਦਰਪੁਰ ਪਿੰਡ 'ਚ ਰਹਿਣ ਵਾਲਾ ਸੀ ਅਤੇ ਉੱਥੇ ਲੇਬਰ ਜਿਹੜੀ ਹੈਗੀ ਉਹਦੀ ਸੁਪਰਵਿਜ਼ਨ ਦਾ ਕੰਮ ਕਰਦਾ ਸੀ। ਰੋਡ ਮਾਰਜਰੀ ਪਿੰਡ ਦੇ ਵਿੱਚ ਇੱਕ ਫਾਰਮ ਪੈਂਦਾ ਹੈ ਰਾਮਦੂਰ ਸਿੰਘ ਦਾ, ਉਹਨਾਂ ਦੀ ਲੇਬਰ ਦੀ ਸੁਪਰਵਿਜ਼ਨ ਦਾ ਕੰਮ ਕਰਦਾ ਸੀ ਅਤੇ 31 ਦੀ ਰਾਤ ਨੂੰ ਉਸਨੇ ਡਰਿੰਕ ਜ਼ਿਆਦਾ ਕਰ ਲਈ ਸੀਗੀ ਅਤੇ ਇੱਕ ਨਾਲ ਦਾ ਹੀ ਇੱਕ ਜਿਹੜਾ ਲੇਬਰਰ ਹੈਗਾ ਜਿਸ ਦਾ ਨਾਮ ਹੈ ਸੁਮਨ ਸ਼ਾਹ, ਉਹ ਨਿਵਾਸੀ ਹੈਗਾ ਬਿਹਾਰ ਦਾ, ਅਤੇ ਉਸਨੂੰ ਬੁਲਾਇਆ ਸੀ ਜਿਵੇਂ ਮਟਰ ਵਗੈਰਾ ਹੁੰਦੇ ਆ ਤੋੜਨ ਵਾਸਤੇ, ਤਾਂ ਉਹਨਾਂ ਨੇ ਆਪਸ ਵਿੱਚ ਬੈਠ ਕਰਕੇ ਕਾਫੀ ਡਰਿੰਕ ਵਗੈਰਾ ਕਰ ਲਈ ਸੀਗੀ। ਡਰਿੰਕ ਤੋਂ ਬਾਅਦ ਉਹ ਆਪਣੇ ਘਰ ਵੀ ਚਲੇ ਗਏ ਸੀਗੇ। ਉਸ ਤੋਂ ਬਾਅਦ ਦੁਬਾਰਾ ਤੋਂ ਰਾਤ ਨੂੰ ਉਸ ਬੰਦੇ ਨੂੰ ਉੱਥੇ ਬੁਲਾ ਲਿਆ ਔਰ ਬੁਲਾ ਕਰਕੇ ਉਹ ਜਿਵੇਂ ਕੁਛ ਹੱਤਾ ਪਾਈ ਹੁੰਦੀ ਹੈ, ਗਾਲੀ ਗਲੋਚ ਹੁੰਦੀ ਹੈ, ਉਹ ਹੋ ਗਈ ਔਰ ਦੋਨੋਂ ਨਸ਼ੇ ਦੇ ਹਾਲਤ ਵਿੱਚ ਸੀਗੇ ਅਤੇ ਲੜਾਈ ਝਗੜੇ ਦੇ ਵਿੱਚ ਹੀ ਜਿਹੜਾ ਐਕਿਊਜ਼ਡ ਹੈ ਉਸਨੇ ਡਿਸੀਜ਼ ਨੂੰ ਪੱਥਰ ਮਾਰੇ, ਪੱਥਰ ਤੋਂ ਉਸਦਾ ਬੈਲੈਂਸ ਜਿਹੜਾ ਹੈਗਾ ਉਹ ਖਰਾਬ ਹੋ ਗਿਆ ਅਤੇ ਉਹ ਥੱਲੇ ਡਿੱਗ ਕੇ ਜਿਹੜੀ ਆਪਣੀ ਕੰਧ ਨਾਲ ਸੀਗੀ ਮੋਟਰ ਦੇ ਨਾਲ ਜਿਹੜੀ ਕੰਧ ਸੀ ਉਹ ਕੰਧ 'ਤੇ ਉਹਦਾ ਸਰ ਵੱਜ ਗਿਆ, ਜਿਸ ਤੋਂ ਫੇਟਲ ਇੰਜਰੀ ਹੋਣ ਕਰਕੇ ਅਤੇ ਬਲੱਡ ਲੋਸ ਜ਼ਿਆਦਾ ਹੋਣ ਕਰਕੇ ਉਸਦੀ ਡੈਥ ਹੋ ਗਈ। ਅਤੇ ਜਦੋਂ ਡੈਥ ਹੋ ਗਈ ਤਾਂ ਡੈਥ ਤੋਂ ਬਾਅਦ ਐਕਿਊਜ਼ ਨੇ ਡਿਸੀਜ਼ ਨੂੰ ਨਾਲ ਦੀ ਜਿਹੜੀ ਪਾਣੀ ਵਾਲੀ ਟੈਂਕੀ ਸੀ ਉਹਦੇ ਵਿੱਚ ਨੂੰ ਸੁੱਟਤਾ ਸੀ। ਇਹ ਸਾਰਾ ਇੰਸੀਡੈਂਟ ਹੋਇਆ ਸੀ 31 ਨੂੰ ਤਕਰੀਬਨ 11:30 ਦੇ ਕਰੀਬ ਅਤੇ ਅਰਲੀ ਮਾਰਨਿੰਗ 1 ਤਾਰੀਖ ਨੂੰ SHO ਮਾਛੀਵਾੜਾ ਨੂੰ ਉੱਥੇ ਰਿਪੋਰਟ ਮਿਲੀ ਸੀ ਅਤੇ SHO ਮਾਛੀਵਾੜਾ DSP ਸਮਰਾਲਾ ਉਹਨਾਂ ਨੇ ਜਾ ਕਰਕੇ ਆਪਣੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਔਰ ਜਿਹੜੀ ਥਰੋ ਅੱਗੇ ਇਨਵੈਸਟੀਗੇਸ਼ਨ ਹੋਈ ਹੈ ਉਸ ਤੋਂ ਇਹ ਮਤਲਬ ਸਾਰੀ ਗੱਲ ਕਲੀਅਰ ਹੋਈ ਹੈ। ਸਰ ਜਾਨੂੰ ਵਾਪਸ ਬੁਲਾਇਆ ਰਾਤ ਨੂੰ, ਕਿਸ ਕਾਰਨ ਬੁਲਾਇਆ? ਮਤਲਬ ਰਾਤ ਨੂੰ ਉੱਦਾਂ ਹੀ ਬੁਲਾਇਆ ਸੀਗਾ, ਬੇਸਿਕਲੀ ਇਹ ਉੱਦਾਂ ਇੱਕ ਦੂਜੇ ਨੂੰ ਜਾਣਦੇ ਸੀਗੇ ਤਾਂ ਇਹਨਾਂ ਨੇ ਇਕੱਠੇ ਸ਼ਰਾਬ ਵਗੈਰਾ ਪੀਤੀ ਸੀ। ਜਿੱਦਾਂ 31 ਨਿਊ ਈਅਰ ਵੀ ਹੁੰਦਾ ਇਸ ਕਰਕੇ ਥੋੜ੍ਹਾ ਜਿਵੇਂ ਉੱਦਾਂ ਵੀ ਲੋਕ ਡਰਿੰਕ ਵਗੈਰਾ ਕਰਦੇ ਆ, ਤਾਂ ਇਸਨੇ ਦੁਬਾਰਾ ਤੋਂ 11:30 ਮਤਲਬ ਸ਼ਾਮ ਨੂੰ ਤੁਸੀਂ ਲਾ ਲਓ 10-11 ਦੇ ਕਰੀਬ ਫੋਨ ਕਰਕੇ ਦੁਬਾਰਾ ਤੋਂ ਇਸ ਨੂੰ ਬੁਲਾ ਲਿਆ। ਉੱਥੇ ਇਹ ਆਲਰੇਡੀ ਨਸ਼ੇ ਦੇ ਹਾਲਤ ਸੀਗੇ, ਉੱਥੇ ਆ ਕਰਕੇ ਜਿਹੜਾ ਮ੍ਰਿਤਕ ਸੀਗਾ ਇਸਨੇ ਡਿਸੀ ਜਿਹੜਾ ਮ੍ਰਿਤਕ ਸੀਗਾ ਇਸਨੇ ਕਿਉਂ ਥੱਪੜ ਥੁੱਪੜ ਮਾਰੇ, ਥੋੜ੍ਹੀ ਇਹਨਾਂ ਦੀ ਗਾਲੀ ਗਲੋਚ ਹੋਈ ਅਤੇ ਨਸ਼ੇ ਦੇ ਹਾਲਤ 'ਚ ਉੱਥੇ ਸ਼ਾਰਪ ਐਜਡ ਪੱਥਰ ਪਏ ਸੀ ਕੁਛ, ਅਤੇ ਉਹਨਾਂ ਨੇ ਉਹ ਪੱਥਰ ਚੱਕ ਕੇ ਇਹਦੇ ਇਹਨੂੰ ਮਾਰਨੇ ਸ਼ੁਰੂ ਕਰਤੇ, ਜਿਸ ਤੋਂ ਉਸਦਾ ਬੈਲੈਂਸ ਖੋ ਗਿਆ ਔਰ ਨਾਲ ਜਿਹੜੀ ਕੰਧ ਸੀਗੀ ਮੋਟਰ ਦੇ ਉਸਦੇ ਇਸਦਾ ਸਰ ਬੱਜ ਕੇ ਉਹ ਫੇਟਲ ਇੰਜਰੀ ਹੋ ਗਈ, ਜਿਸ ਕਰਕੇ ਜ਼ਿਆਦਾ ਬਲੱਡ ਲੋਸ ਹੋਣ ਕਰਕੇ ਇਹਦੀ ਡੈਥ ਹੋ ਗਈ ਅਤੇ ਨਾਲ ਹੀ ਡੈਡ ਬਾਡੀ ਨੂੰ ਫਿਰ ਚੱਕ ਕੇ ਉੱਥੇ ਜਿਹੜਾ ਪਾਣੀ ਵਾਲੀ ਟੈਂਕੀ ਸੀ ਉਹਦੇ 'ਚ ਇਹਨੂੰ ਸੁੱਟਤਾ। ਥੰਨਾ ਤੋਂ ਸੰਜੂ ਸੈਣੀ ਦੀ ਰਿਪੋਰਟ।